पंजाब की मान सरकार द्वारा आज विधानसभा में पहला पूर्ण बजट पेश किया जाएगा। वित्त मंत्री एडवोकेट हरपाल सिंह चीमा बजट पैड से पंजाब को सौगात देने के प्रयास में रहेंगे। आज के सत्र की कार्रवाई शुरू हो चुकी है। सीएम पंजाब भगवंत मान ने भी बजट के लोकहित वाला होने की उम्मीद जताई है। मान सरकार ने विधानसभा में 2022 से 2023 के लिए 155,860 करोड़ के बजट खर्च का अनुमान रखा था, जो साल 2021-2022 से 14% अधिक था। लेकिन इस बार मंत्री चीमा द्वारा इससे अधिक अनुमानित बजट खर्च और चुनाव प्रचार के समय दी गई गारंटी पूरी करने का अनुमान भी लगाया जा रहा है। देखो, पिछले साल 10 मार्च नू पंजाब विधानसभा की जी 16वीं विधानसभा की जी प्रेजेंट विधानसभा की इहदे रिजल्ट आए सी और पंजाब ने पंजाबियों ने एक वड्डी जी जित्ता ਉਹ ਆਮ ਆਦਮੀ ਪਾਰਟੀ ਦੀ ਝੋਲੀ ਚ ਪਾਈ ਸੀ। 10 ਮਾਰਚ ਨੂੰ ਆਏ ਸੀ, ਸੋ ਮੈਂ ਪੰਜਾਬੀਆਂ ਦਾ ਧੰਨਵਾਦ ਵੀ ਕਰਨਾ ਚਾਹਾਂਗਾ ਕਿ ਅੱਜ ਪੂਰਾ ਇੱਕ ਸਾਲ ਹੋ ਚੁੱਕਿਆ ਨਤੀਜਿਆਂ ਨੂੰ। ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦੂਜਾ ਪੂਰਨ ਬਜਟ ਜਿਹੜਾ ਅਸੀਂ ਪੇਸ਼ ਕਰਾਂਗੇ, ਕਿਉਂਕਿ ਪਿਛਲਾ ਬਜਟ 9 ਮਹੀਨਿਆਂ ਲਈ ਸੀਗਾ, ਇਹ ਬਜਟ ਜਿਹੜਾ ਪੂਰੇ ਇੱਕ ਸਾਲ ਦੇ ਲਈ ਆ। ਸੋ ਜਿੰਨੀਆਂ ਆਸਾਂ ਉਮੀਦਾਂ ਪੰਜਾਬ ਦੇ ਲੋਕਾਂ ਨੂੰ ਨੇ, ਪੰਜਾਬੀਆਂ ਨੂੰ ਨੇ, ਪੰਜਾਬ ਦੇ ਹਰੇਕ ਵਰਗ ਨੇ, ਉਹਨਾਂ ਨੂੰ ਪੂਰਾ ਕਰਨ ਲਈ ਅਸੀਂ ਆਪਣਾ ਸਿਰ ਤੋੜ ਯਤਨ ਕਰਾਂਗੇ। ਕਿਹੜੇ ਕਿਹੜੇ ਸੈਕਟਰ ਦਾ ਧਿਆਨ ਰੱਖਿਆ ਗਿਆ ਜੀ? ਦੇਖੋ, ਸਾਰੇ ਸੈਕਟਰਾਂ ਦਾ, ਸਮੁੱਚੇ ਪੰਜਾਬ ਦਾ, ਓਵਰਆਲ ਡਿਵੈਲਪਮੈਂਟ ਦਾ, ਓਵਰਆਲ ਲੋਕਾਂ ਦੀਆਂ ਮੁਸ਼ਕਲਾਂ ਤਿਆਰ ਕਰ। ਚੀਮਾ ਸਾਹਿਬ, ਜਿਹੜੇ ਵਾਅਦੇ ਕੀਤੇ ਗਏ ਸੀ ਉਹ ਵਾਅਦਿਆਂ ਦੇ ਉੱਤੇ ਬਜਟ ਦੇ ਵਿੱਚ ਕੁਝ ਦੇਖਣ ਨੂੰ ਮਿਲੇਗਾ ਮਹਿਲਾਵਾਂ ਦੇ ਉੱਤੇ, ਜਿਹੜਾ ਤੁਸੀਂ ਫੋਕਸ ਕੀਤਾ ਸੀ 1,000 ਰੁਪਏ ਦੇ? ਦੇਖੋ, ਬਹੁਤ ਸਾਰੇ ਵਾਅਦੇ, ਬਹੁਤ ਸਾਰੀਆਂ ਗਰੰਟੀਆਂ ਆਲਰੇਡੀ ਵਿਦ ਇਨ 9 ਮੰਥ, ਮੈਂ ਸਮਝਦਾ ਸਾਲ ਪੂਰਾ ਹੋ ਚੁੱਕਿਆ। ਪਿਛਲਾ ਬਜਟ 9 ਮਹੀਨਿਆਂ ਦਾ ਸੀਗਾ, 9 ਮਹੀਨਿਆਂ ਦੇ ਦੌਰਾਨ ਜਾਂ 1 ਸਾਲ ਦੇ ਦੌਰਾਨ ਬਹੁਤ ਸਾਰੀਆਂ ਗਰੰਟੀਆਂ ਅਸੀਂ ਪੂਰੀਆਂ ਕੀਤੀਆਂ ਨੇਗੀਆਂ। ਚਾਹੇ ਮੈਂ ਸਮਝਦਾ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਦੇਣ ਦੀ ਗੱਲ ਆ, ਚਾਹੇ 1 ਕਰੋੜ ਰੁਪਈਆ ਸਨਮਾਨ ਰਾਸ਼ੀ ਸਾਡੇ ਸ਼ਹੀਦ ਭਰਾਵਾਂ ਦੇ ਪਰਿਵਾਰਾਂ ਨੂੰ ਦੇਣ ਦੀ ਗੱਲ ਆ, ਚਾਹੇ ਐਜੂਕੇਸ਼ਨ ਦੀ ਗੱਲ ਆ, ਚਾਹੇ ਮਹੱਲਾ ਕਲੀਨਿਕਾਂ ਦੀ ਗੱਲ ਆ, ਉਹ ਸਾਰੀਆਂ ਗਰੰਟੀਆਂ, ਬਹੁਤ ਸਾਰੀਆਂ ਗਰੰਟੀਆਂ ਪੂਰੀਆਂ ਹੋ ਚੁੱਕੀਆਂ, ਜਿਹੜੀਆਂ ਰਹਿੰਦੀਆਂ ਉਹ ਵੀ ਬੜੀ ਜਲਦੀ ਪੂਰੀ ਕਰਾਂਗੇ। 3.5 ਕਰੋੜ ਦਾ ਕਰਜ਼ਾ ਹੈਗਾ ਜੀ, ਕਿਆ ਉਸ ਤੋਂ? ਧੰਨਵਾਦ। ताज़ा अपडेट्स और बड़ी खबरों के लिए सब्सक्राइब करें आज प्रकाश टीवी और बेल आइकन दबाना ना भूलें।